अगर आप हमारे चैनल पर नए हैं तो चैनल को सब्सक्राइब कर लीजिए और बेल आइकन पर क्लिक करके नोटिफिकेशंस को ऑन कर लीजिए फॉर फ्यूचर अपडेट्स के लिए हेलो फ्रेंड्स आबीदा साडे YouTube चैनल विच बहुत-बहुत स्वागत है आज दी वीडियो दे विच असिन डिस्कस करंगे पंजाबी दा जो एडिशनल एग्जाम है जो अदर स्टेट से कैंडिडेट्स या ओ वाले बच्चे ठीक है जी दिन आया जिन्ना ने 10th ਦੇ ਵਿੱਚ ਪੰਜਾਬੀ ਪਾਸਰ ਨਹੀਂ ਕੀਤੀ ਹੈ बिकॉज़ ਅਗਰ ਤੁਸੀਂ ਪੰਜਾਬ ਦੇ ਵਿੱਚ ਕੋਈ ਵੀ ਜੌਬ ਕਰਨੀ ਹੈ ਤਾਂ ਪੰਜਾਬੀ ਸਪੈਸ਼ਲੀ 10th ਦੇ ਵਿੱਚ ਹੋਣਾ ਕੰਪਲਸਰੀ ਹੈ ਸੋ ਦੇ ਲਈ ਇੱਕ ਐਡੀਸ਼ਨਲ ਪੰਜਾਬੀ ਦਾ ਐਗਜ਼ਾਮ ਹੁੰਦਾ ਹੈ ਸੋ ਦੇ ਰਿਗਾਰਡਿੰਗ ਹੀ ਆਪਾਂ ਇਹਦੇ ਵਿੱਚ ਡਿਸਕਸ ਕਰਾਂਗੇ ਜਿਵੇਂ ਤੁਹਾਨੂੰ ਪਤਾ ਦੇਖੋ ਕੈਪਟਨ ਸਾਹਿਬ ਨੇ ਇੱਥੇ ਅਨਾਉਂਸ ਵੀ ਕੀਤਾ ਹੈ ਕਿ 올 ਕਲਾਸ 5th 8th ਐਂਡ 10th ਸਟੂਡੈਂਟਸ ਟੂ ਬੀ ਪ੍ਰੋਮੋਟਡ ਵਿਦਾਊਟ ਐਗਜ਼ਾਮੀਨੇਸ਼ਨਸ ਸੋ ਇੱਥੇ ਇਹਨਾਂ ਨੇ 10ਵੀਂ ਦੇ ਸਟੂਡੈਂਟ ਪ੍ਰੋਮੋਟ ਤਾਂ ਕਰਤੇ ਲੇਕਿਨ ਇੱਥੇ ਐਡੀਸ਼ਨਲ ਐਗਜ਼ਾਮ ਦੀ ਕੋਈ ਗੱਲਬਾਤ ਨਹੀਂ ਕੀਤੀ ਦੂਸਰਾ से क्लास टेंथ तो बाद जो क्लास ट्वैल्थ है वे एग्जाम पोस्टपोन है यही अपना चीज़ अगर ऑफिशियल वैबसाइट पर पढ़ीए पंजाब स्कूल एजुकेशन बोर्ड की इतने भी अगले इन्फॉर्मेन इन्होंने अपडेट नहीं की दसिया कि क्लास फिफ्थ एट एग्जामीनेशन फॉर मार्च ट्वेंटी ट्वेंटी वन पोस्टपोन टिल फरदर ऑर्डर जबकि कैप्टन साहब ने अनाउंस करता है कि जड़े एग्जाम नहीं होने बच्चे पास आउट कर दते गए ना देखो एग्जाम ऑफ क्लास फिफ्थ एंड एट्थ क्लास विल बी कंडक्टिड ਅਸ ਪਰ ਸ਼ਡਿਊਲ 16 ਮਾਰਚ ਤੋਂ 22 ਮਾਰਚ ਸੋ ਇੱਕ ਵੈਬਸਾਈਟ ਅਪਡੇਟ ਹੀ ਨਹੀਂ ਕਰਦੇ ਆਈ ਡੋਨਟ ਨੋ ਕੀ ਕਰਦਾ ਰਹਿੰਦਾ ਬੋਰਡ ਇਹਨੇ ਹਾਈ ਲੈਵਲ ਤੇ ਕੰਮ ਕਰਦਾ ਦੇਖੋ ਇਨਫੋਰਮੇਸ਼ਨ ਹੀ ਨਹੀਂ ਅਪਡੇਟ ਕੀਤੀ ਆ ਦੇਖੋ ਮੈਂ ਤੁਹਾਨੂੰ ਇਨਫੋਰਮੇਸ਼ਨ ਦੇਤੀ ਹੈ ਇਨਫੋਰਮੇਸ਼ਨ ਇਹਨਾਂ 6 ਘੰਟੇ ਪਹਿਲੇ ਅਪਡੇਟ ਹੋਈ ਹੈ ਇੱਥੇ ਵੈਬਸਾਈਟ ਤੇ ਕੋਈ ਇਨਫੋਰਮੇਸ਼ਨ ਹੀ ਨਹੀਂ ਅਪਡੇਟ ਹੋਈ ਇਹਨਾਂ ਦੀ ਚਲੋ ਕੋਈ ਨਾ ਹੁਣ ਮੇਨ ਆਪਾਂ ਟੌਪਿਕ ਕਰਦੇ ਆ ਜਿਹੜਾ ਸਾਡਾ ਸੀ ਐਡੀਸ਼ਨਲ ਐਗਜ਼ਾਮ ਦਾ ਦੇਖੋ ਫਰੈਂਡਸ ਅਗਰ ਆਪਾਂ ਗੱਲ ਕਰੀਏ ਜਿਹੜਾ ਤੁਹਾਡਾ ਜਨਵਰੀ ਵਾਲਾ ਸੀ ਉਹ ਤਾਂ ਹੋ ਗਿਆ ਸੀ ਐਗਜ਼ਾਮ ਦੋ ਐਗਜ਼ਾਮ ਹੁੰਦੇ ਆ ਪ ਏ ਦੋ ਦਿਨ ਵਿੱਚ ਹੁੰਦੇ ਆ ਇੱਕ ਦਿਨ ਹੁੰਦਾ ਪੰਜਾਬੀ A ਦਾ ਦੂਸਰੇ ਨੂੰ ਪੰਜਾਬੀ B ਦਾ ਐਗਜ਼ਾਮ ਹੁੰਦਾ ਹੈ ਉਸ ਤੋਂ ਬਾਅਦ ਇਹ ਜਿਹੜਾ ਐਗਜ਼ਾਮ ਤੁਹਾਡਾ ਹੋਣ ਤੋਂ ਬਾਅਦ ਇਹਦਾ ਰਿਜ਼ਲਟ ਵੈਰਾ ਦਾ ਫਿਲਹਾਲ ਆ ਹੀ ਜਾਂਦਾ ਹੈ ਜਿਹੜਾ ਸਰਟੀਫਿਕੇਟ ਵੈਰਾ ਤੁਸੀਂ ਆਨਲਾਈਨ ਵੀ ਡਿਜੀਟਲ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਹੋ ਆਦਰਵਾਇਜ਼ ਇਹ ਤੁਹਾਨੂੰ ਬਾਈ ਕੂਰੀਅਰ ਆ ਜਾਂਦਾ ਹੈ ਬਾਈ ਪੋਸਟ ਆ ਜਾਂਦਾ ਹੈ ਨਾਓ ਹੁਣ ਜਿਹੜਾ ਐਗਜ਼ਾਮ ਤੁਹਾਡਾ ਠੀਕ ਹੈ ਜਿਨ੍ਹਾਂ ਨੇ ਹੁਣ ASCII ਆਈ ਥਿੰਕ ਅਪ੍ਰੈਲ ਦੇ ਵਿੱਚ ਮਾਰਚ ਵਿੱਚ ਹੋਣਾ ਸੀ ਐਗਜ਼ਾਮ ਉਹ ਇਗਜ਼ਾਮ ਹੁਣ ਨੈਕਸਟ ਹੁਣਾ ਸੀ ਨਾਲ ਹੀ ਦੇ ਬੱਚਿਆਂ ਦੇ ਇਗਜ਼ਾਮ ਹੁਣਾ ਸੀ ਇੱਥੇ ਤਾਂ ਹੁਣ ਇਹ ਇਗਜ਼ਾਮ ਤੁਹਾਡੇ ਅਕੋਰਡਿੰਗ ਠੀਕ ਹੈ ਜੀ ਜੋ ਮੈਂ ਤੁਹਾਨੂੰ ਇਨਫੋਰਮੇਸ਼ਨ ਸ਼ੇਅਰ ਕਰਦਾ ਪਿਆ ਹਾਂ ਇਹ ਹੁਣ ਹੋਊਗਾ ਕਿ ਨਹੀਂ ਹੋਊਗਾ ਮੇਨ ਗੱਲ ਇਹ ਹੈ ਹੁਣ ਸਾਡੀ ਜਿਹੜੀ ਅੱਜ ਦੀ ਵੀਡੀਓ ਟੌਪਿਕ ਹੈ ਤਾਂ ਦੇਖੋ ਜੀ ਇਹ ਇਗਜ਼ਾਮ ਤੁਹਾਡਾ ਜ਼ਰੂਰ ਹੋਊਗਾ ਬਾਕੀ ਜਿਹੜਾ ਮੇਚ ਤੁਹਾਡੇ ਇਗਜ਼ਾਮ ਨਿਕਲਣੇ ਆ ਦੁਬਾਰਾ ਐਡੀਸ਼ਨਲ ਪੰਜਾਬੀ ਦੇ ਇਹ ਵੀ ਤੁਹਾਡੇ ਫਿਲਿੰਗ ਸਟਾਰਟ ਹੋ ਜਾਣੀ ਹੈ ਠੀਕ ਹੈ ਇੱਕ ਦੋ ਦਿਨ ਲੇਟ ਹੋ ਸਕਦੇ ਆ ਜਾਂ ਥੋੜਾ ਟਾਈਮ ਲੇਟ ਹੋ ਸਕਦਾ ਬਟ ਇਹਨਾਂ ਦੀ ਰਜਿਸਟ੍ਰੇਸ਼ਨ ਪੱਕਾ ਸਟਾਰਟ ਹੋਊਗੀ ਸ ਇਹ एग्जाम ਪੱਕਾ ਹੁਣੇ ਇਹ ਨਹੀਂ ਕਿ ਉਹਨਾਂ ਨੇ 10th ਵਾਲੇ ਬੱਚੇ ਪਾਸ ਕਰਦੇ ਤਾਂ ਅਡੀਸ਼ਨਲ ਪੰਜਾਬੀ ਵਾਲੇ ਜਿਹੜੇ ਬੱਚਿਆਂ ਨੇ एग्जाम ਵੈਰਾ ਫਿਲ ਕੀਤੇ ਹੋਏ ਉਹਨਾਂ ਨੂੰ ਵੀ ਪਾਸ ਕਰਤਾ ਇਦਾਂ ਦਾ ਕੁਝ ਨਹੀਂ ਹੈ एग्जाम ਤੁਹਾਨੂੰ ਦੇਣਾ ਹੀ ਪੈਣਾ ਹੈ ਹਾਂ ਜਿਹੜੇ ਬੱਚੇ ਅਦਰ ਸਟੇਟਸ ਦੇ ਉਹਨਾਂ ਨੂੰ ਇੱਕ ਬੈਨੀਫਿਟ ਹੁੰਦਾ ਉਹਨਾਂ ਦਾ ਸਿਲੇਬਸ ਥੋੜਾ ਘੱਟ ਹੁੰਦਾ ਹੈ ਠੀਕ ਹੈ ਜਿੱਦਾ ਐਗਜ਼ਾਮਪਲ ਲਈ ਆਪਾਂ ਪੰਜਾਬ ਦੇ ਆ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਆਲ ਓਵਰ ਪੰਜਾਬੀ ਬੋਲੀ ਜਾਂਦੀ ਲੇਕਿਨ ਅਦਰ ਸਟੇਟਸ ਵਾਸਤੇ ਪੰਜਾਬੀ ਬੋਲਣਾ ਲਿਖਣਾ ਕਾਫੀ ਟਫ ਹੁੰਦਾ ਹੈ ਸੋ ਇਸ ਲਈ ਉਹਨਾਂ ਦਾ ਸਿਲੇਬਸ ਥੋੜਾ ਆਫ ਹੁੰਦਾ ਹੈ ਉਹਨਾਂ ਦੀ ਬੁੱਕਸ ਵਗੈਰਾ ਜੋ ਸਟੱਡੀ ਮਟੀਰੀਅਲ ਹੈ ਉਹਨਾਂ ਨੂੰ ਮਹਾਲੀ ਤੋਂ ਹੀ ਮਿਲੂਗਾ ਬੁੱਕਸ ਵੈਰਾ ਉਹੀ ਪ੍ਰੋਵਾਈਡ ਕਰਦੇ ਨੇ ਬੜਾ ਹੀ ਗਲਤ ਪ੍ਰੋਸੈਸ ਹੈ ਇਹਨਾਂ ਦਾ ਜਦ ਕਿ ਇਹਨਾਂ ਨੂੰ ਆਨਲਾਈਨ ਵੀ ਪੂਰਾ ਅਪਡੇਟ ਰੱਖਣਾ ਚਾਹੀਦਾ ਆਨਲਾਈਨ ਬਿਕਾਉਜ਼ ਤੁਹਾਨੂੰ ਪਤਾ ਹੈ ਕੋਵਿਡ ਕਾਰਨ ਤਾਂ ਕਾਫੀ ਜ਼ਿਆਦਾ ਪ੍ਰੋਬਲਮਸ ਆ ਰਹੀਆਂ ਬੱਚਿਆਂ ਨੂੰ ਅੱਜ ਕੱਲ੍ਹ ਦੇ ਬੱਚੇ ਤੁਸੀਂ ਦੇਖ ਲਓ ਮਿੰਟੋ ਮਿੰਟੀ ਪਾਸ ਹੋਈ ਜਾਂਦੇ ਪੇ ਬੋਰਡ ਪਾਸ ਕਰੀ ਜਾਂਦਾ ਪਿਆ ਬਟ ਇਹਨਾਂ ਬੱਚਿਆਂ ਨੂੰ ਕਾਫੀ ਲਾਸ ਹੋਣਾ ਇਨ ਫਿਊਚਰ ਤੁਸੀਂ ਵੀ ਸਾਰੇ ਸਮਝ ਜਾ ਰਹੋ ਬਿਕਾਉਜ਼ ਜਿਹੜੀ ਨੋਰਮਲ ਕਲਾਸ ਹੁੰਦੀ ਹੈ ਉਹ ਕਲਾਸ ਹੀ ਹੁੰਦੀ ਹੈ ਆਨਲਾਈਨ ਸਟੱਡੀ ਨਹੀਂ ਬੈਸਟ ਨਹੀਂ ਹੁੰਦੀ ਤੁਹਾਨੂੰ ਵੀ ਪ ਬਾਕੀ ਕੋਵਿਡ ਤਾਂ ਫਿਲਹਾਲ ਹੁਣ ਸਕੂਲਸ ਵਿੱਚ ਹੀ ਰਹਿ ਗਿਆ ਬਾਕੀ ਤੁਹਾਨੂੰ ਪਤਾ ਹੀ ਹੈ ਪੂਰੀ ਇਨਫੋਰਮੇਸ਼ਨ ਜੋ ਮੈਂ ਬੋਲਦਾ ਪਿਆ ਸੋ ਐਗਜ਼ਾਮ ਤੁਹਾਡਾ ਹੋਊਗਾ ਕਦੋਂ ਹੋਊਗਾ ਉਸ ਲਈ ਸਾਡੇ ਨਾਲ ਜੁੜੇ ਰਹੋ ਟਾਈਮਲੀ ਤੁਸੀਂ ਚੈੱਕ ਕਰਦੇਣਾ ਆ ਦੇਖੋ ਆਨਲਾਈਨ ਫਾਰਮ ਸੈਲਿੰਗ ਲਿੰਕ ਬਣਿਆ ਹੋਇਆ ਹੈ ਵੈਬਸਾਈਟ ਦੇ ਲੈਫਟ ਹੈਂਡ ਸਾਈਡ ਤੇ ਇੱਥੇ ਕਲਿੱਕ ਕਰਕੇ ਅਦਰਵਾਈਜ਼ న్యూਸਲੇਟਰਸ ਅਪਡੇਟਸ ਵਿੱਚ ਅੰਤਰ ਰਹਿੰਦਾ ਆ ਦੇਖੋ ਇੱਥੇ ਫਿਲਹਾਲ ਹਲੇ ਕੋਈ ਵੀ ਅਪਡੇਟ ਨਹੀਂ ਆਈ ਜਦੋਂ ਹੀ ਅਪਡੇਟ ਆਉਂਦੀ ਆਪਾਂ ਵੀਡੀਓ ਅਪਲੋਡ ਕਰ ਦੋਗੇ ਸੋ ਇਦਾਂ ਦੀ ਇਨਫੋਰਮੇਸ਼ਨ ਵਾਸਤੇ ਲੇਟਰ ਜਿੰਨੇ ਵੀ ਸਰਕੂਲਰਸ ਵੈਰਾ ਹੁੰਦੇ ਆਨਲਾਈਨ ਟੈਸਟ ਵੈਰਾ ਨਿਕਲਦੇ ਟਿਊਟੋਰੀਅਲਸ ਨਿਕਲਦੇ ਇਦਾਂ ਦੀ ਅਪਡੇਟਸ ਵੈਰਾ ਹੁੰਦੀਆਂ ਹੋ ਲਈ ਜ਼ਰੂਰ ਸਾਨੂੰ ਸੋਸ਼ਲ ਮੀਡੀਆ ਤੇ ਫੋਲੋ ਕਰੋ ਟਵਿੱਟਰ ਤੇ ਇਨਸਟਾ ਤੇ ਫੇਸਬੁੱਕ ਤੇ ਪਲੱਸ ਸਾਡੇ ਵਟਸਐਪ ਤੇ ਟੈਲੀਗ੍ਰਾਮ ਗਰੁੱਪ ਨੂੰ ਵੀ ਜ਼ਰੂਰ ਜੁਆਇਨ ਕਰੋ ਸੋ ਧਟ ਇਨ ਫਿਊਚਰ ਜਿਹੜੀਆਂ ਵੀ ਇਦਾਂ ਦੇ ਲੇਟੈਸਟ ਅਪਡੇਟਸ ਆਣ ਗਿਆ ਉਹਨਾਂ ਦਾ ਜਿਹੜਾ ਨੋਟੀਫਿਕੇਸ਼ਨ ਆ ਤੁਹਾਨੂੰ ਟਾਈਮ 'ਤੇ ਮਿਲਦਾ ਰਹੇ ਸੋ ਫਰੈਂਡ ਵੀਡੀਓ ਠੀਕ ਲੱਗੀ ਹੋ ਤਾਂ ਜ਼ਰੂਰ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬ ਇਨਫੋਰਮੇਸ਼ਨ ਆਉਂਗੀ ਰਿਲੇਟਡ ਪੰਜਾਬੀ ਐਡੀਸ਼ਨਲ ਐਗਜ਼ਾਮਾਂ ਤੇ ਇਨਫੋਰਮੇਸ਼ਨ ਉਹ ਤੁਹਾਨੂੰ ਟਾਈਮਲੀ ਮਿਲਦੀ ਰਹੇ ਸੋ ਥੈਂਕ ਯੂ ਫਰੈਂਡਸ ਫੋਰ ਵਾਚਿੰਗ ਦਿਸ ਵੀਡੀਓ ਐਂਡ ਫॉर ਯੂ ਅਵੇਲੇਬਲ ਟਾਈਮ